ਪੰਜਾਬ ਵਿੱਚ ਸੂਬੇ ਦੇ ਲੋਕਾਂ ਵੱਲੋਂ ਆਪ ਨੂੰ ਦਿੱਤੇ ਫਤਵੇ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬੀਆਂ ਦੀ ਰਾਜਨੀਤਿਕ ਭੁੱਲ ਦੱਸਿਆ। ਕਿਹਾ ਕਿ ਪੰਜਾਬ ਦੇ ਲੋਕਾਂ ਨੇ 2 ਸਾਲ ਪਹਿਲਾਂ ਜਿਹੜੀ ਰਾਜਨੀਤਿਕ ਭੁੱਲ ਕੀਤੀ ਸੀ ਉਸ ਨੂੰ ਠੀਕ ਕਰਨ ਦਾ ਮੌਕਾ ਹੈ। ਪ੍ਰਤਾਪ ਸਿੰਘ ਬਾਜਵਾ ਨੇ ਮਾਨ ਸਰਕਾਰ ਨੂੰ ਵੱਖ ਵੱਖ ਮੁੱਦਿਆਂ 'ਤੇ ਘੇਰਿਆ। ਇਲਜ਼ਾਮ ਲਾਇਆ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਿਤ ਹੋਈ ਹੈ। ਫੇਥ ਹੈ, ਵਿਸ਼ਵਾਸ ਹੈ ਕਿ ਪੰਜਾਬ ਦੇ ਲੋਕਾਂ ਨੇ ਜਿਹੜੀ 2 ਸਾਲ ਪਹਿਲੇ ਇੱਕ ਰਾਜਨੀਤਿਕ ਭੁੱਲ ਕੀਤੀ ਸੀ ਉਹ ਹੁਣ ਠੀਕ ਕਰਨ ਦਾ ਮੌਕਾ ਹੈ। ਇੱਕ ਵਾਰ ਇਹਨਾਂ ਲੋਕਾਂ ਦੇ ਗਲਤ ਲਾਰੇ ਲੱਪਿਆਂ ਦੇ ਵਿੱਚ, ਇਹਨਾਂ ਦੇ ਚੁਟਕਲਿਆਂ ਦੇ ਵਿੱਚ, ਇਹਨਾਂ ਦੀ ਕਹਾਣੀਆਂ ਸੁਣ ਸੁਣ ਕੇ ਪੁਰਾਣੀ ਰਾਜਨੀਤਿਕ ਜਮਾਤਾਂ ਨੂੰ ਰਿਜੈਕਟ ਕਰਕੇ ਇੱਕ ਨਵੀਂ ਪਾਰਟੀ ਲੈ ਕੇ ਆਉਂਦੀ ਸੀ, ਜਿਨ੍ਹਾਂ ਨੇ ਵਿਸ਼ਵਾਸ ਦਵਾਇਆ ਸੀ ਕਿ ਪੰਜਾਬ ਦੀਆਂ ਸੱਥਾਂ ਦੇ ਵਿੱਚੋਂ ਅਤੇ ਮੁਹੱਲਿਆਂ 'ਚੋਂ ਅਸੀਂ ਚੱਲਾਂਗੇ, ਇਮਾਨਦਾਰੀ ਨਾਲ ਤੁਹਾਡੇ ਨਾਲ ਵਿਚਰਾਂਗੇ, ਸਿਕਿਉਰਿਟੀ ਅਸੀਂ ਨਹੀਂ ਰੱਖਾਂਗੇ, ਸਰਕਾਰੀ ਘਰ ਜੇ ਲਵਾਂਗੇ ਤਾਂ 2 ਕਮਰਿਆਂ ਤੋਂ ਵੱਡਾ ਨਹੀਂ ਹੋਏਗਾ। ਹਰ ਚੀਜ਼ ਮੈਨੂੰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ।